एक कमरे दे विच माता रहिंदी आ, उहदा एक दरवाजा आ है। ਥਾਂ ਥਾਂ ਤੇ ਪਾਣੀ ਰੱਖ ਰੱਖ ਕੇ ਇਹਨਾਂ ਨੇ ਰਾਤ ਕੱਢੀ ਹੋਣੀ ਹੈ। ਠੀਕ ਹੈ ਜੀ, ਇਸੇ ਇਸੇ ਹਾਲਾਤਾਂ ਦੇ ਵਿੱਚ ਰੋਟੀ ਬਣਾਉਂਦੇ ਸੀ। ਮਾਤਾ ਜੀ ਦੀ ਘਰ ਦੀ ਉਸਾਰੀ ਲਈ ਕਾਫੀ ਪਹਿਲਾਂ ਤੋਂ ਕਿਹਾ ਹੋਇਆ ਸੀ ਭਾਜੀ ਉਹਨਾਂ ਨੇ ਵੀ, ਔਰ ਅੱਜ ਚੈੱਕ ਕੱਟ ਕੇ ਚੱਲੇ ਆ। ਮਾਤਾ ਜੀ ਗੱਲ ਸੁਣ, ਕਦੇ ਸੋਚਿਆ ਸੀਗਾ ਘਰ ਕੋਠਾ ਪੈ ਜਾਏਗਾ? ਨਾ ਵੀਰੇ, ਮੈਂ ਕੀ ਸੋਚਿਆ। ਜੋ ਜੋ ਕੰਮ ਸਰਕਾਰਾਂ ਜਾਂ ਪੰਚਾਇਤਾਂ ਨਹੀਂ ਕਰ ਪਾਉਂਦੀਆਂ ਨਾ, ਉਹ ਸੰਗਤ ਰੂਪ ਦੇ ਵਿੱਚ ਤੁਸੀਂ ਕਰਕੇ ਦੇ ਦਿੰਦੇ ਹੋ, ਕਮਾਲ ਹੈ ਨਾ। ਜੇ ਤੁਸੀਂ ਮੇਰੀ ਸੱਚੀ ਪੁੱਛ ਪੁੱਛ ਦੇ ਦਿੰਦੇ ਮੇਰਾ ਰੱਬ ਨੂੰ, ਤੁਸੀਂ ਬੀਬੀ ਪਰ ਮੇਰੀ ਜਿੰਨੀ ਤੁਸੀਂ ਸੁਣੀ ਆ ਕੋਈ ਕੁੱਲ ਦੁਨੀਆ 'ਚ ਕਿਸੇ ਨੇ। ਮੈਂ ਇੰਨੇ ਔਖੇ ਹਾਲਾਤ ਦੇਖੇ ਨੇ, ਅੱਜ ਮੈਂ ਤੁਹਾਡੇ ਆਸਰੇ ਨਾਲ ਮੈਂ ਬਹੁਤ ਵਧੀਆ ਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਤੁਸੀਂ ਦੇਖ ਪਾ ਰਹੇ ਹੋ ਇਹਨਾਂ ਹਾਲਾਤਾਂ ਦੇ ਵਿੱਚ ਇਸ ਮਾਤਾ ਦੇ ਘਰ ਦੀ ਉਸਾਰੀ ਦੇ ਵਿੱਚ ਸੰਗਤ ਨੇ ਸਹਿਯੋਗ ਪਾਇਆ ਔਰ ਇਹ ਘਰ ਦੀ ਉਸਾਰੀ ਹੋ ਪਾਈ ਹੈ। ਬਹੁਤ ਸਾਰੇ ਘਰ ਲਗਾਤਾਰ ਬਣਾਏ ਜਾ ਚੁੱਕੇ ਹੈ ਔਰ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਹਿਯੋਗ ਦੇ ਨਾਲ ਲਗਾਤਾਰ ਬਹੁਤ ਸਾਰੇ ਘਰਾਂ ਦੀ ਉਸਾਰੀ ਦੇ ਵਿੱਚ ਸੇਵਾ ਸਹਿਯੋਗ ਚੱਲ ਰਿਹਾ ਨਾ। ਇਸ ਘਰ ਦੇ ਉਸਾਰੀ ਦੇ ਵਿੱਚ ਖਾਸ ਯੋਗਦਾਨ ਪਾਇਆ ਸੀਗਾ ਸਿਮਰਨਜੀਤ ਸਿੰਘ ਬੈਦਵਾਨ ਐਂਡ ਫੈਮਿਲੀ ਨੇ, ਕੋਲਾਰਾਡੋ ਦੇ ਵਿੱਚ ਰਹਿੰਦੇ ਨੇ। ਸੋ ਬਹੁਤ ਧੰਨਵਾਦ ਆ ਭਾਜੀ ਉਹਨਾਂ ਦਾ ਜੋ ਇਸ ਸੇਵਾ ਦੇ ਵਿੱਚ ਸਹਿਯੋਗ ਨਿਭਾਇਆ। ਬਹੁਤ ਚੜ੍ਹਦੀ ਗੱਲ, ਬਹੁਤ ਵਧੀਆ ਤੇਰੇ ਆਸਰੇ ਨੇ, ਤੁਹਾਡਾ ਘਰ ਬਣ ਗਿਆ ਪੂਰਾ ਨਵਾਂ। ਹਾਂ ਮੇਰਾ ਘਰ ਤਾਂ ਬਣਾਇਆ ਬਹੁਤ ਵਧੀਆ ਨਵਾਂ। ਨਹੀਂ ਸੰਗਤ ਨੇ ਬਣਾਇਆ ਜੀ, ਉਹ ਤੁਹਾਨੂੰ ਦੇਖ ਰਹੇ ਇਸ ਤੋਂ। ਹਾਂ ਬਈ ਦੇਖ ਲਓ ਵੀਰੇ, ਹੁਣ ਮੈਂ ਤਾਂ ਤੁਹਾਨੂੰ ਧੰਨਵਾਦ ਬਾਈ ਦੀ ਵੀ ਦੀਦੀ ਇਹੀ ਕਹਿੰਦੀ ਆ ਵੀ ਗੁਰੂ ਨਾਨਕ ਦੇਵ ਉਹਨਾਂ ਨੂੰ ਚੜ੍ਹਦੀਆਂ ਕਲਾਂ ਚ ਰੱਖੋ। ਵਾਹਿਗੁਰੂ, ਬਹੁਤ ਸੋਹਣਾ ਵਾਈਟ ਵਾਸ਼ ਵੀ ਹੋ ਗਿਆ ਨਾ। ਮਾਤਾ ਜੀ ਗੱਲ ਦੱਸੋ, ਕਦੇ ਸੋਚਿਆ ਸੀਗਾ ਘਰ ਕੋਠਾ ਪੈ ਜਾਏਗਾ? ਨਾ ਵੀਰੇ, ਮੈਂ ਕੀ ਸੋਚਿਆ, ਕਦੇ ਸੋਚਿਆ ਸੀ? ਕਿਉਂਕਿ ਮੈਨੂੰ ਯਾਦ ਹੈ ਤੁਹਾਡਾ ਕੋਠਾ ਪੂਰਾ ਚੋਂਦਾ ਹੁੰਦਾ ਜੀ, ਬੜੇ ਭਿਆਨਕ ਹਾਲਾਤ ਸੀ ਥੱਲੇ, ਥਾਂ ਥਾਂ ਤੇ ਤੁਸੀਂ ਭਾਂਡੇ ਰੱਖੇ ਹੋਏ ਸੀਗੇ, ਹੈਨਾ? ਬਹੁਤ ਨੀਵਾ ਸੀਗਾ, ਬਹੁਤ ਨੀਵਾ ਸੀ। ਤਿੰਨ ਟਰਾਲੀਆਂ ਦਾ ਵੀਰੇ ਦੇਖੀ ਮੇਰੇ। ਹਾਂ ਮਾਤਾ ਜੀ, ਉਮਰ ਦੇ ਇੱਕ ਦੌਰ ਕਈ ਦੌਰ ਨਿਕਲ ਗਏ ਸੀ ਹੈਨਾ, ਉਸੇ ਘਰ ਦੇ ਵਿੱਚ, ਕੱਚੇ ਘਰ ਦੇ ਵਿੱਚ। ਸੋਚਿਆ ਸੀਗਾ ਇਹ ਟਾਈਮ ਵੀ ਆਊਗਾ? ਨਾ ਮੇਰਾ ਜ਼ਿੰਦਗੀ ਦੇ ਵਿੱਚ ਇਹ ਟਾਈਮ ਦੇਖੋਗੇ? ਨਾ ਮੈਂ ਕਦੇ ਵੀ ਨਹੀਂ ਸੋਚਿਆ। ਇੱਕ ਫੇਰ ਮੈਂ ਐ ਸੋਚਿਆ ਸੀ ਮਹਾਂ ਜਦੋਂ ਮੇਰਾ ਵੀਰ ਜੀ ਆਊਗਾ ਨਾ ਉਹਨੇ ਆਪੇ ਬਣਾਉਣਾ। ਵਾਹਿਗੁਰੂ, ਮਾਤਾ ਜੀ ਦੀ ਡਾਇਰੈਕਟ ਦੁਆਵਾਂ ਤੁਹਾਡੇ ਸਾਰਿਆਂ ਲਈ ਹੈ। ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ। ਬਹੁਤ ਵਧੀਆ ਵੀਰੇ, ਮੈਂ ਤਾਂ ਅੱਥਣ ਸਵੇਰ ਨਾ ਬਹਿੰਦੀ ਵੀ ਉੱਠਦੀ ਵੀ ਜਦੋਂ ਗੁਰੂ ਨਾਨਕ ਦੇਵ ਜੀ ਲੱਗਦੇ ਨੇ ਜਿਹਦੇ ਕਹਿੰਦੀ ਆ ਵੀਰ ਜੀ ਤੁਹਾਡਾ ਧੰਨਵਾਦ, ਵੀਰ ਜੀ ਤੁਹਾਡਾ ਧੰਨਵਾਦ, ਜਿੱਕਣ ਤੁਸੀਂ ਮੈਨੂੰ ਅੰਦਰ ਵਾੜਿਆ ਤੁਹਾਨੂੰ ਮਾਲਕ ਚੜ੍ਹਦੀਆਂ ਕਲਾਂ ਚ ਰੱਖੇ। ਵਾਹਿਗੁਰੂ, ਬਹੁਤ ਮਿਹਰਬਾਨੀ ਜੀ ਨਾ ਪਿਆਰ ਔਰ ਅਸੀਸਾਂ ਲਈ। ਹਾਂ ਮੈਂ ਇੰਨੀ ਸੀਸ ਦਿੰਦੀ ਹਾਂ ਵੀਰ ਜੀ, ਹੋਰ ਜਿੰਨੀ ਕੁ ਮੇਰੇ ਸੇਵਾ ਸਰਦੀ ਆ ਉਹ ਦੱਸੋ, ਮੈਂ ਚਾਹ ਬਣਾਉਂਦੀ। ਨਹੀਂ ਬਹੁਤ ਮਿਹਰਬਾਨੀ, ਤੁਹਾਨੂੰ ਮਿਲਣ ਆਏ ਸੀਗੇ, ਘਰ ਦੇਖਣ ਆਏ ਸੀਗੇ। ਮਾਤਾ ਜੀ ਆਪਣੇ ਇੱਕ ਮੈਂਟਲੀ MR ਪੇਸ਼ੈਂਟ ਦੇ ਨਾਲ ਆਪਣੇ ਮੁੰਡਾ ਇਹਨਾਂ ਦਾ ਉਹਨਾਂ ਦੇ ਨਾਲ ਰਹਿੰਦੇ ਨੇ। ਉਹ ਬਹੁਤ ਚੰਗਾ ਹੋਇਆ ਸੇਵਾ ਸਹਿਯੋਗ ਹੋ ਗਿਆ ਨਾ ਮਾਤਾ ਜੀ ਨਾ। ਨਾ ਵੀਰੇ ਜਿਹੜਾ ਭਾਈ ਆ ਮਾਤਾ ਜੀ, ਹੁਣ ਕਿੰਨੀ ਕੁ ਖੁਸ਼ੀ ਆ? ਬਹੁਤ ਖੁਸ਼ੀ ਆ, ਮੈਨੂੰ ਤੁਹਾਡੀ ਬਹੁਤ ਖੁਸ਼ੀ ਇੱਥੋਂ ਦੀ ਬਹੁਤ। ਇਹ ਤੂੰ ਦੇਖ, ਮੈਂ ਦੇਖ ਰਿਹਾ ਬਹੁਤ ਸੋਹਣਾ ਬਣ ਗਿਆ ਨਾ, ਜਿਵੇਂ ਚਾਹੁੰਦੇ ਸੀ ਓਦਾਂ ਬਣ ਗਿਆ। ਹਾਂ ਉਹ ਉੱਕਣੇ ਬਣ ਗਿਆ ਨਾ, ਹਾਂ ਜਿਵੇਂ ਚਾਹੁੰਦੇ ਸੀ ਇੱਧਰ ਨੂੰ ਅਟਕੇ ਬਣ ਜੇ ਨਾ। ਹਾਂ ਇੱਕਣ ਮੈਂ ਕਹਿੰਦੀ ਵੀਰ ਜੀ ਉੱਕਣ ਕੋਈ ਇੱਥੇ ਬਣਾ ਦੇ, ਤੁਸੀਂ ਕਿਹਾ ਇੱਧਰ ਹਟ ਕੇ ਬਣਾ ਦਿੰਦੇ ਹੋ, ਮੈਂ ਜਿੱਕਣ ਮਰਜ਼ੀ ਬਣਾ ਦੇ। ਹਿੰਮਤ ਤੁਸੀਂ ਵੀ ਨਹੀਂ ਹਾਰੇ, ਮੈਂ ਨਹੀਂ ਹਾਰੀ ਹਿੰਮਤ ਵੀਰੇ, ਮੈਂ ਤਾਂ ਉਹਦੇ ਕੋਲ ਭਾਈ ਆ ਗਿਆ, ਮੈਂ ਤਾਂ ਕਦੇ ਵੀ ਹਿੰਮਤ ਨਹੀਂ ਹਾਰੀ। ਦੇਖ ਮਿੱਠੀ, ਮੈਂ ਨਹੀਂ ਕਿਸੇ ਕੋਲ ਦਿਹਾੜੇ ਦੂੜੇ ਲਾਇਆ। ਇੱਕ ਕੀ ਵੀਰੇ ਜ਼ਿਆਦਾ ਆਹ ਕਰਦੇ ਸੀ ਲਪਾਈ ਲਪੂਈ ਆਹ ਚਣਿਆਈ ਚੁਣੀ, ਉੱਪਰ ਜ਼ਰੂਰ ਦਿਹਾੜੀਆਂ ਲਾਇਆ। ਹਾਂਜੀ ਕੋਈ ਨੀ, ਤੁਹਾਡੀ ਉਮਰ ਵੀ ਹੈ ਜੀ,
उम्र का भी तकाजा है, तुम इस उम्र इतनी हिम्मत मारते रहे हो, माता बनाने आप भी सहयोग करते रहे, आप भी दिहाड़ी बिचे लाते रहे, है ना, मिट्टी मुट्टी चक थल सारी करते रहे, अगे भी चढ़ती कला च रहोगे, मन दे विच डर आंदा कोई उमर उमर नू लैके पैसे पख नू लैके? मेनू कोई डर नहीं, चाहे मैं भुखी बैठी रहा अंदर, मेनू कोई डर नहीं थोड़े आसरे, ऐ नहीं लगता मेनू घट देता फलाने नू वध देता, ना ना मेनू कोई होर नहीं है, दरवाजा लग गया हुण तुसी बरसात आराम नाल कट सकदे हां, हुण तां डर आ कि चौगा, हुण सर्दी दा भी डर नहीं हैगा, कोई डर नहीं, पक्का कोई नहीं, एक ओ मेरा थोड़ा पहला था, मैंने ठंडी हवा सर्दियां अंदर बढ़दियां सी, बस तू चुप्पे भर जा वीरे, मैं जानना चाहना जी फर्क पहला दे विच और हुण दे विच क्या फर्क आया, जिद्दे ना मेरे ते दो बाले टुट के गिरे, दो बाले टुट के उपर गिर गए सी, हां मेरे उपर गिरे बाले दो वीर जी, मैं बैठी, मैं एकदम बैठी होगी, मेखे की बनिया इना शुक्र वीर जी, मेरे ना बाही दे लाके बाले है छड गए, अच्छा मेनू कोई तकलीफ नहीं आई, वो गुरु नानक देव जी जी ठीक है, चल मैं क्या कोई ना मालक दे आसरे ना, फिर भी इन्हां ने की मेनू करिया, कहने कोई ना माता तू कोई चिंता ना कर, असि तेन पैसे दवाने आ, कौन कहने आ सरपंच पंच, फिर की करिया जो जो काम सरकार या पंचायत नहीं कर पाती है ना, वो संगत रूप जब तुसी करके दे देने, कमाल है ना, कमाल है ना संगत दी वीरे, बह जे तुसी, फिर पहला दे विच और हुण दे विच क्या क्या फर्क आ गया, कोई फर्क नहीं है, नहीं घर बनाउण दे विच वी ठंडी हवावां आंदियां सी पहला, या घर च हुंदा सीगा, हां जाता वीरे मैनूं आ टाइम आए रहना कि भी किते जेड़े ना हुण मीं पए ने, जे ओ घर हुंदा मेरे ऊपर, हाँ भी मेरा गिर जाना पक्का गिरना, मैं इस बार है ना मीह बहुत पे सी, बहुत मीह, एक जेड़ा रात नु मीह पिया सी वीरे, मिट्टी छिटन तो भाई उरे ना जद मैं उठी इना पानी खड़ा, मैं बड़ा लंबा हो गया हूं कि कदा वीरे, फिर मैं जाके ना नेरे दे विच ओ इट पट्टी चल जदे बाहर गए पानी छा, बहुत सारे घर पक्के किते जा रहे हैं, संगत दे सहयोग दे नाल किते जा रहे हैं, तुसी सीधे रूप दे विच सहयोग पाण दे विच मदद कर सकते हो, नंबर साडे हेठां आ रहे ने, लिखे आंदे ने, संगत नूं हमेशा बेनती रहिंदी है वीडियोज नूं पॉजिटिविटी नूं शेयर करदे रहो, अगे पहुंचाते रहो, चाहे तुहाडे जन्मदिन ने या होर किसी भी तरीके दे विच परमात्मा थोड़े घर परिवार से किसी भी तरह की बख्शिश कर रहे, तो कृपा करके अगे आके उन्होंने लोगों की बांह फट के देखो जिन्होंने किसी ना किसी थोड़े मोढ़ा लाने की लोड़ है ना, किसी का सहारा नहीं, सहयोग देना किसी का भी सहारा नहीं, मैनू वीर जी एक थोड़ी ना सहारा रब दे आसरे, मैनू ना तुसी एक लेखे दे रब, जे तुसी मेरी सच्ची पुछते दिल दी मेरा रब हो तुसी वीर जी, चाहे तुसी मैनू एक टाइम मेनू कह दो भी बेबे माता जी तेरा गलती है तेरी चाहे है, मैं वो भी सहन उ ठीक है, मेरी किसी नहीं एक तुसी सुन, चाहे कुछ मर्जी कहो वीर जी ना कहो, पर मेरी जिनी तुसी सुनी है कोई कुल दुनिया च किसी ने नहीं, मेरे ते एडा बड़ा वक्त पै गया वीर जी, वो जट्टा के घर गुजरे थी साढ़े ना घर दे, किसी ने संजोग नहीं दिता, पंचायत ने भी संजोग नहीं दिता, कि उन्होंने मैनू दो साल जिहड़े एक क्वांटल दाने का दे जांदे सी, मैं भी वह भी बंद करते, मैं ये भी चको मैं नहीं लेने, मैं भीरे तू कहेगा कह दिया अपनी पग बन के शिरते, मैं भीरे पिंड च वड़ गई, मैं पिंड च किसी का चूल्हा समारे आया करा भीरे, किसी का कुछ किस मैं न्याणे नूं लिया के चोग दिंदी रही ठीक, न्याणे नूं मैं इन्ने औखे हालात देखे, हां मैं इन्ने औखे हालात देखे ने वीरे, अज मैं थोड़े आसरे ना मैं बहुत वधिया हालत, मैं बहुत वधिया हालत कहिंदे आ जिहड़ी मुल्लां पर ब्याही होई है वीरे, ये मेरी गुड़िया मेरे गोदी दी जदों साडे घर दे दी, इन्हां ने बीमारियां मैनूं कोई सौग नहीं,
ਸਾਨੂੰ ਬਹੁਤ ਖੁਸ਼ੀ ਹੈ ਤੁਹਾਡਾ ਘਰ ਦੇਖ ਕੇ ਬਹੁਤ ਖੁਸ਼ੀ ਹੋਈ ਬੇਅੰਤ ਵੀਰ ਨੇ ਬਹੁਤ ਅੱਗੇ ਵੱਧ ਕੇ ਬਣਾ ਤਾ ਬਹੁਤ ਖੁਸ਼ੀ ਹੋਈ ਇਹ ਵੀਰ ਜੀ ਨੇ ਬੜਾ ਭੱਜਣ ਬਹੁਤ ਬਹੁਤ ਭੱਜਣ ਕੀਤੀ ਹੈ ਇਹਨੇ ਬਹੁਤ ਭੱਜਣ ਕੀਤੀ ਇਹਦਾ ਤਾਂ ਮੈਂ ਬਸ ਤੁਹਾਡਾ ਤਾਂ ਜਮਾ ਨਹੀਂ ਸਾਂ ਸੰਗਤ ਜੀ ਜਦ ਵੀ ਕੰਸਟਰਕਸ਼ਨ ਸੇਵਾ ਸ਼ੁਰੂ ਹੁੰਦੀ ਹੈ ਤਾਂ ਆਹ ਦੋ ਵੀਰ ਨੇ ਖੜੇ ਹਰਿੰਦਰ ਵੀਰ ਤੇ ਬੇਅੰਤ ਵੀਰ ਇਹਨਾਂ ਦੀ ਸੁਪਰਵਿਜ਼ਨ ਦੇ ਅੰਡਰ ਚੱਲਦੀ ਹੈ ਨਾ ਇਹੀ ਸਾਰਾ ਕੁਛ ਲੇਖਾ ਜੋਖਾ ਸੁਪਰਵਿਜ਼ਨ ਦੇ ਅੰਡਰ ਚੱਲਦੀ ਸਾਰੀ ਨਾ ਸੋ ਬਹੁਤ ਬਹੁਤ ਧੰਨਵਾਦ ਆ ਬਹੁਤ ਸਹਿਯੋਗ ਹੈ ਤੁਹਾਡਾ ਵੀਡੀਓਜ਼ ਨੂੰ ਔਰ ਪੋਜ਼ਿਟਿਵਿਟੀ ਨੂੰ ਸਪਰੈਡ ਕਰਨਾ ਔਰ ਏਦਾਂ ਦੇ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਉਣਾ ਤੁਹਾਡੀ ਆਨਲਾਈਨ ਸੇਵਾ ਦਾ ਫਰਜ਼ ਹੈ ਉਹ ਬਿਲਕੁਲ ਨਾ ਭੁੱਲਿਓ ਫਤਿਹ ਜੀ ਸਾਜ ਨਾਲ ਵੀਡੀਓ ਕਲੋਜ਼ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ